ਜਿਸ ਤਰੀਕੇ ਨਾਲ ਉਹਨਾਂ ਨੇ ਲਾਠੀ ਚਾਰਜ ਕਰਤਾ, ਐਂ ਲੱਗਦਾ ਜਿਵੇਂ ਕਿਸੇ ਦੁਸ਼ਮਣ ਨਾਲ ਕੀਤਾ ਹੋਵੇ। ਕੀ ਪੰਜਾਬ ਦੇ ਕਿਸਾਨ ਨੂੰ ਕੋਈ ਹੱਕ ਨਹੀਂ? ਕੀ ਪੰਜਾਬ ਦਾ ਕਿਸਾਨ ਆਪਣੀ ਆਵਾਜ਼ ਨਹੀਂ ਉਠਾ ਸਕਦਾ? ਕੀ ਹਿੰਦੁਸਤਾਨ ਦੇ ਵਿੱਚ ਦਿੱਲੀ ਜਾਣਾ ਮਨਾ ਹੈ? ਅੱਜ ਦਾ ਦਿਨ ਉਹ ਦਿਨ ਹੈ, ਇਤਿਹਾਸਿਕ ਦਿਨ ਹੈ, ਜਦੋਂ ਦੇਸ਼ ਦਾ ਕੌਂਸਟੀਟਿਊਸ਼ਨ ਬਣਿਆ ਸੀ ਅਤੇ ਕੌਂਸਟੀਟਿਊਸ਼ਨ ਵਿੱਚ ਅੱਜ ਲਿਖਿਆ ਗਿਆ ਸੀ ਕਿ ਹਰ ਦੇਸ਼ ਵਾਸੀ ਨੂੰ ਹੱਕ ਆ ਆਪਣੀ ਆਵਾਜ਼ ਚੱਕਣ ਦਾ, ਆਪਣੇ ਪ੍ਰੋਟੈਸਟ ਦੇ ਕਰਨ ਦੇ ਤਰੀਕੇ ਦਾ। ਪਰ ਅੱਜ ਦੇ ਦਿਨ ਹੀ ਕੌਂਸਟੀਟਿਊਸ਼ਨ ਦੀ ਧੱਜੀਆਂ ਉਡਾਈ ਹੈ ਸੈਂਟਰ ਦੀ ਸਰਕਾਰ ਨੇ। 1982 ਵਿੱਚ ਤੁਸੀਂ ਯਾਦ ਕਰੋ, ਜਦੋਂ ਪੰਜਾਬ ਦੇ ਲੋਕ ਦਿੱਲੀ ਪ੍ਰੋਟੈਸਟ ਕਰਨ ਚੱਲੇ ਸੀ, ਉਦੋਂ ਭਜਨ ਲਾਲ ਨੇ ਦਿੱਲੀ ਦੀ ਉਦੋਂ ਦੀ ਸਰਕਾਰ ਕਾਂਗਰਸ ਦੀ ਗਾਂਧੀ ਪਰਿਵਾਰ ਦੇ ਹੁਕਮ 'ਤੇ ਪੰਜਾਬ ਦੇ ਕਿਸਾਨਾਂ ਨਾਲ ਔਰ ਪੰਜਾਬ ਦੇ ਲੋਕਾਂ ਨਾਲ ਉਦੋਂ ਧੱਕਾ ਕੀਤਾ। ਉਵੇਂ ਹੀ ਅੱਜ ਖੱਟੜ ਸਾਹਿਬ ਨੇ ਮੋਦੀ ਸਾਹਿਬ ਦੇ ਹੁਕਮ 'ਤੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕੀਤਾ। ਤੁਸੀਂ ਪੰਜਾਬ ਦੀ ਕਿਸਾਨੀ ਨਾਲ ਵੀ ਹਮਲਾ ਕੀਤਾ, ਹੁਣ ਪੰਜਾਬ ਦੇ ਵਪਾਰੀ ਨਾਲ ਵੀ ਤੁਸੀਂ ਹਮਲਾ ਕਰਤਾ, ਪੰਜਾਬ ਦੇ ਲੋਕਾਂ ਨੂੰ ਹਰ ਚੀਜ਼ ਤੋਂ ਬਲੋਕੇਟ ਕਰ ਦਿੱਤਾ, ਬੈਰੀਅਰ ਪੰਜਾਬ ਦੇ ਨਾਲ ਐਂ ਲਾਇਆ ਜਿਵੇਂ ਪੰਜਾਬ ਆਪਣੇ ਦੇਸ਼ ਦਾ ਹਿੱਸਾ ਨਹੀਂ। ਕੀ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ? ਕੀ ਪੰਜਾਬ ਦੀ ਇੰਡਸਟਰੀ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ? ਕੀ ਪੰਜਾਬ ਦੇ ਕਿਸਾਨ ਨੇ ਦੇਸ਼ ਨੂੰ ਕੰਟਰੀਬਿਊਸ਼ਨ ਕੀਤਾ, ਉਹਦਾ ਕੋਈ ਅਸਰ ਤੁਹਾਡੇ ਦਿਲ 'ਚ ਨਹੀਂ ਹੈ? ਐਂ ਰਾਜ ਚੱਲ ਰਿਹਾ ਜਿਵੇਂ ਕਿ ਡਿਕਟੇਟਰਸ਼ਿਪ ਦਾ ਰਾਜ ਹੋਏ। ਸੋ ਮੈਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਐਮਰਜੈਂਸੀ ਕੋਰ ਕਮੇਟੀ ਦੀ ਮੀਟਿੰਗ ਪਰਸੋਂ ਸੱਦੀ ਹੈ ਅਤੇ ਅਸੀਂ ਸਟਰੋਂਗਲੀ ਇਹਨੂੰ ਕੰਡੈਮ ਕਰਦੇ ਹਾਂ ਪਾਰਟੀ ਤਰਫੋਂ। ਮੈਂ ਕੱਲ੍ਹ ਵੀ ਜਥੇਬੰਦੀਆਂ ਦੇ ਪ੍ਰਮੁੱਖਾਂ ਨੂੰ ਸਭ ਨੂੰ ਸੁਣ ਰਿਹਾ ਸੀ। ਉਹਨਾਂ ਨੇ ਕਿਹਾ ਕਿ ਜਿੱਥੇ ਸਾਨੂੰ ਰੋਕਿਆ ਜਾਏਗਾ ਅਸੀਂ ਉੱਥੇ ਹੀ ਬੈਠ ਕੇ ਆਪਣਾ ਲੋਕਤੰਤਰਿਕ ਤਰੀਕੇ ਨਾਲ ਅਮਨ ਔਰ ਸ਼ਾਂਤੀ ਦੇ ਨਾਲ ਧਰਨਾ ਦੇਵਾਂਗੇ। ਮੈਨੂੰ ਅੱਜ ਵੀ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼ਰਾਰਤੀ ਤੱਤਵ ਜਿਹੜੇ ਪੰਜਾਬ ਦਾ ਜਾਂ ਇਸ ਦੇਸ਼ ਦਾ ਦੀ ਅਮਨ ਔਰ ਸ਼ਾਂਤੀ ਜਿਹੜੀ ਹੈ ਉਹਨੂੰ ਦੇਖਣਾ ਨਹੀਂ ਚਾਹੁੰਦੇ। ਉਹ ਲੋਕ ਇਹਨਾਂ ਐਜੂਟੇਸ਼ਨਾਂ ਦੇ ਆੜ ਦੇ ਅੰਦਰ ਇਹਦਾ ਲਾਭ ਲੈ ਕੇ ਵਾਤਾਵਰਨ ਖਰਾਬ ਕਰਦੇ ਨੇ। ਔਰ ਕਿਸਾਨ ਮੈਂ ਸਵੇਰੇ ਵੀ ਸੁਣ ਰਿਹਾ ਸੀ ਕਿ ਜਿੱਥੇ ਸਾਨੂੰ ਰੋਕਤਾ ਜਾਏਗਾ ਅਸੀਂ ਬੈਠ ਜਾਵਾਂਗੇ। ਔਰ ਅਗਰ ਕਿਸੇ ਸਰਕਾਰ ਨੇ ਉਹਨਾਂ ਨੂੰ ਰੋਕਿਆ ਉਹਦੇ ਕੋਲ ਆਪਣਾ ਇਨਪੁੱਟ ਹੋ ਸਕਦਾ ਹੈ, ਕਰੋਨਾ ਦੀ ਮਹਾਂਮਾਰੀ ਦੇ ਕਾਰਨ ਵੀ ਹੈਗਾ। ਔਰ ਉਹਨਾਂ ਨੂੰ ਆਪਣਾ ਅੰਦੋਲਨ ਉੱਥੇ ਸ਼ੁਰੂ ਕਰ ਦੇਣਾ ਚਾਹੀਦਾ ਸ਼ਾਂਤੀਪੂਰਨ। ਅੰਦੋਲਨ ਚਲਾਉਣ ਵਾਲਿਆਂ ਨੂੰ ਵੀ ਇਹ ਰਾਜਨੀਤਿਕ ਪਾਰਟੀਆਂ ਤੋਂ ਬਚਣਾ ਚਾਹੀਦਾ। ਜਦੋਂ ਵੀ ਟੇਬਲ 'ਤੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਜਦੋਂ ਤੱਕ ਉਹ ਗੱਲਬਾਤ ਦਾ ਸਿੱਟਾ ਨਹੀਂ ਨਿਕਲਦਾ ਜਾਂ ਵਾਰਤਾ ਟੁੱਟਦੀ ਨਹੀਂ ਹੈ, ਤਦ ਤੱਕ ਅੰਦੋਲਨ ਦੇ ਸਵਰੂਪ ਬਦਲਦੇ ਨੇ। ਔਰ ਕਿਸਾਨ ਯੂਨੀਅਨਾਂ ਨੂੰ ਵੀ ਆਪਣੇ ਅੰਦੋਲਨ ਦਾ ਸਰੂਪ ਬਦਲਣਾ ਚਾਹੀਦਾ ਸੀ, ਕਿਉਂਕਿ ਪਹਿਲਾ ਦੌਰ ਉਹਨਾਂ ਦੀ ਗੱਲਬਾਤ ਹੋ ਗਿਆ। ਉਸ ਤੋਂ ਬਾਅਦ ਆਪੇ ਉਹਨਾਂ ਨੇ ਕਿਹਾ ਕਿ ਅਸੀਂ ਦੁਬਾਰਾ ਬੈਠਾਂਗੇ, ਇੱਕ ਵਾਰੀ 'ਚ ਸਿੱਟੇ ਨਹੀਂ ਨਿਕਲਦੇ ਹੁੰਦੇ, ਦੂਜੀ ਵਾਰੀ ਵੀ ਬੈਠਾਂਗੇ, ਤੀਜੀ ਵਾਰੀ ਬੁਲਾਉਣਗੇ, ਤੀਜੀ ਵਾਰੀ ਕੇਂਦਰ ਸਰਕਾਰ ਤਾਂ ਬੁਲਾ ਹੀ ਰਹੀ ਹੈ ਵਾਰ ਵਾਰ। ਅਤੇ ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਸਵਰੂਪ ਬਦਲਣਾ ਚਾਹੀਦਾ।